ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਤੇ ਗੱਡੀ 'ਤੇ ਜਾ ਰਹੇ ਹੋਈਏ ਅਤੇ ਰਸਤੇ 'ਚ ਲੈ ਲਓ ਰੋਡ ਬੜਾ ਹੀ ਖਰਾਬ ਆ ਜਾਵੇ, ਜਾਂ ਫਿਰ ਲੈ ਲਓ ਤੁਹਾਡੇ ਜੋ ਗੱਡੀ ਦਾ ਟਾਇਰ ਹੈ ਉਹਦੀ ਹਵਾ ਨਿਕਲ ਜਾਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪਹਿਲੇ ਤਾਂ ਜਾਂ ਤਾਂ ਅਗਰ ਤਾਂ ਰਸਤਾ ਬਹੁਤ ਖਰਾਬ ਹੈ ਤਾਂ ਅਸੀਂ ਆਪਣੀ ਗੱਡੀ ਬਹੁਤ ਹੀ ਧੀਰੇ ਕਰ ਲੈਂਦੇ ਹਾਂ, ਸਹਿਜੇ ਸਹਿਜੇ ਚਲਾਉਂਦੇ ਹਾਂ, ਜਾਂ ਫਿਰ ਅਸੀਂ ਉਹ ਰੁਕ ਕੇ ਟਾਇਰ ਬਦਲ ਕੇ ਫਿਰ ਗੱਡੀ ਨੂੰ ਅੱਗੇ ਲੈਂਦੇ ਹਾਂ। ਜੇ ਅਸੀਂ ਉਸੇ ਹਾਲਾਤ ਵਿੱਚ ਗੱਡੀ ਨੂੰ ਤੇਜ਼ ਚਲਾਉਣ ਦੀ ਕਰੀਏ ਤਾਂ ਫਿਰ ਕੀ ਹੋਏਗਾ? ਗੱਡੀ ਅੱਗੇ ਜਾਣ ਜੋਗੀ ਰਹੇਗੀ ਹੀ ਨਹੀਂ। ਕਿ ਇਹ ਹੀ ਹਾਲਾਤ ਸਾਡੇ ਅੱਜ ਨਹੀਂ ਹੋਏ ਪਏ? ਕੋਰੋਨਾ ਵਾਇਰਸ ਜੋ ਸਾਡੇ ਦੇਸ਼ 'ਤੇ ਅਤੇ ਸਾਰੀ ਦੁਨੀਆ 'ਤੇ ਅਟੈਕ ਕਰ ਚੁੱਕਾ ਹੈ, ਲੇਕਿਨ ਅੱਜ ਵੀ ਅਸੀਂ ਨਹੀਂ ਸਮਝ ਪਾ ਰਹੇ ਕਿ ਸਾਨੂੰ ਬਾਹਰ ਨਹੀਂ ਨਿਕਲਣਾ, ਸਾਨੂੰ ਉਸ ਇਹ ਜੋ ਰੋਡ ਖਰਾਬ ਆ ਗਿਆ ਹੈ ਉਸੇ ਸਾਨੂੰ ਸਹਿਮ ਨਾਲ ਸਹਿਜੇ ਸਹਿਜੇ ਜਾਣਾ ਹੈ। ਅਸੀਂ ਅੰਦਰ ਰਹੀਏ ਔਰ ਉਸ ਚੀਜ਼ ਨੂੰ ਬਚਾਈਏ, ਜਿਸ ਨਾਲ ਅਸੀਂ ਕਦੀ ਰਸਤਾ ਖਰਾਬ ਆ ਗਿਆ ਸਾਨੂੰ ਥੋੜ੍ਹਾ ਹੌਸਲਾ ਕਰਕੇ ਰੁਕਾਂਗੇ ਅਤੇ ਅੱਗੇ ਜਾਣ ਜੋਗੇ ਰਹਾਂਗੇ, ਨਹੀਂ ਤਾਂ ਸਾਡੀ ਇਹ ਜੋ ਜ਼ਿੰਦਗੀ ਦੀ ਜੋ ਗੱਡੀ ਹੈ ਉਹ ਉੱਥੇ ਹੀ ਖਰਾਬ ਹੋ ਜਾਏਗੀ। ਔਰ ਯਾਰੋ ਸਾਨੂੰ ਤਾਂ ਬਹੁਤ ਹੀ ਵੱਡੀਆਂ ਢਾਲ, ਯਾਨੀ ਕਿ ਗੁਰੂ ਨਾਨਕ ਦੀ ਬਾਣੀ ਮਿਲੀ ਹੋਈ ਹੈ ਜੋ ਕਿ ਸਾਡਾ ਬਹੁਤ ਹੀ ਵੱਡਾ ਸ਼ੌਕ ਅਬਜ਼ਰਵਰ ਹੈ, ਅਤੇ ਅਸੀਂ ਘਬਰਾਉਂਦੇ ਕਿਉਂ ਹਾਂ? ਅਸੀਂ ਵੀ ਇਸ ਇਹ ਜੋ ਕਰੋਨਾ ਵਾਇਰਸ ਹੈ ਇਸ ਤੋਂ ਬਚਣ ਲਈ ਅਸੀਂ ਘਰਾਂ ਦੇ ਅੰਦਰ ਰਹੀਏ ਅਤੇ ਆਪਸ ਵਿੱਚ ਫੈਮਿਲੀ ਬਹਿ ਕੇ ਬੜਾ ਕੁਛ ਕਰ ਸਕਦੇ ਹੋ, ਬਾਣੀ ਪੜ੍ਹ ਸਕਦੇ ਹੋ, ਸਮਝ ਸਕਦੇ ਹੋ ਔਰ ਆਪਸ ਵਿੱਚ ਇੱਕ ਦੂਜੇ ਨੂੰ ਸਮਝ ਸਕਦੇ ਹੋ। ਔਰ ਇਹ ਜੋ ਬਿਮਾਰੀ ਆਈ ਹੈ ਜੇ ਅਸੀਂ ਘਰਾਂ ਦੇ ਅੰਦਰ ਰਹਾਂਗੇ ਤਾਂ ਜ਼ਰੂਰ ਜ਼ਰੂਰ ਖਤਮ ਹੋ ਜਾਣੀ ਹੈ ਅਤੇ ਅਸੀਂ ਸਾਰੇ ਵਾਪਸ ਆਪਣੇ ਰਸਤੇ 'ਤੇ, ਯਾਨੀ ਕਿ ਚੰਗੇ ਰੋਡ ਜੋ ਸਾਡੀ ਲਾਈਫ ਦਾ ਚੰਗਾ ਰੋਡ ਹੈ ਉਸ 'ਤੇ ਵਾਪਸ ਆ ਜਾਵਾਂਗੇ। ਥੋੜ੍ਹਾ ਜਿਹਾ ਆਪਣੇ ਮਨ ਵਿੱਚ ਸੰਯਮ ਰੱਖੋ ਅਤੇ ਇਹਨੂੰ ਆਰਾਮ ਨਾਲ ਆਪਣੀ ਜੋ ਜ਼ਿੰਦਗੀ ਦੀ ਗੱਡੀ ਹੈ ਚਲਾਓ ਔਰ ਆਪਣੇ ਘਰਾਂ ਵਿੱਚ ਬਹਿ ਕੇ ਤੁਸੀਂ ਇਸ ਬਿਮਾਰੀ ਨਾਲ ਲੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਵੇਂ ਸਾਰੀ ਦੁਨੀਆ ਦੇ ਉੱਪਰ ਕੋਰੋਨਾ ਵਾਇਰਸ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਜਾ ਰਿਹਾ, ਸਾਨੂੰ ਇਸ ਚੀਜ਼ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ, ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ। ਔਰ ਸਭ ਤੋਂ ਵੱਡੀ ਚੀਜ਼ ਜੋ ਸਾਡੇ ਕੋਲ ਸਾਡੇ ਗੁਰੂਆਂ ਨੇ ਦਿੱਤੀ ਹੈ ਉਹ ਹੈ ਬਾਣੀ। ਸਾਨੂੰ ਅਸੀਂ ਹਮੇਸ਼ਾ ਬਾਣੀ ਪੜ੍ਹਦੇ ਆਏ ਹਾਂ, ਚਲੋ ਆਓ ਹੁਣ ਅਸੀਂ ਬਾਣੀ ਨੂੰ ਸਮਝੀਏ। ਇਹ ਜੋ 21 ਦਿਨ ਹੈ ਸਾਡੇ ਕੋਲ, ਅਸੀਂ ਸ਼ਾਇਦ ਇਸ ਵਿੱਚ ਬਾਣੀ ਨੂੰ ਅੱਛੀ ਤਰ੍ਹਾਂ ਸਮਝ ਸਕਦੇ ਹਾਂ। ਜੇ ਅਸੀਂ ਘਰ ਕੋਈ ਚੀਜ਼ ਲੈ ਕੇ ਆਉਂਦੇ ਹਾਂ ਜਾਂ ਡਿਲੀਵਰੀ ਬੋਇਸ ਸਾਨੂੰ ਡਿਲੀਵਰ ਕਰਦੇ ਹਾਂ, ਸਾਨੂੰ ਉਹਨਾਂ ਚੀਜ਼ਾਂ 'ਤੇ ਵੀ ਬਹੁਤ ਧਿਆਨ ਦੇਣਾ ਚਾਹੀਦਾ। ਸਾਨੂੰ ਦੁੱਧ ਦੇ ਪੈਕਟ ਆਉਂਦੇ ਆ ਤਾਂ ਉਹਨਾਂ ਨੂੰ ਅੱਛੀ ਤਰ੍ਹਾਂ ਡਿਟਰਜੈਂਟ ਨਾਲ ਵਾਸ਼ ਕਰੋ। ਕੋਈ ਸਬਜ਼ੀਆਂ ਲੈ ਕੇ ਆਉਂਦੇ ਹੋ ਉਹਨਾਂ ਨੂੰ ਪਹਿਲੇ ਪਾਣੀ ਵਿੱਚ ਅੱਛੀ ਤਰ੍ਹਾਂ 4-5 ਘੰਟੇ ਭਿਗੋ ਕੇ ਰੱਖੋ। ਫਰੂਟਸ ਲੈ ਕੇ ਆਉਂਦੇ ਹੋ ਉਹਨਾਂ ਦੇ ਛਿਲਕੇ, ਐਪਲ ਜਿਵੇਂ ਐਪਲ ਹੈ ਉਹਨੂੰ ਛਿਲਕੇ ਖਾਓ, ਪਾਣੀ ਵਿੱਚ ਭਿਗੋ ਪਹਿਲੇ ਫਿਰ ਛਿਲਕੇ ਖਾਓ। ਇਹ ਸਭ ਚੀਜ਼ਾਂ ਦਾ ਧਿਆਨ ਰੱਖਣ ਇਸ ਵੇਲੇ ਬਹੁਤ ਜ਼ਰੂਰੀ ਹੈ ਔਰ ਬਾਣੀ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ। ਬਾਣੀ ਨੂੰ ਪੜ੍ਹੋ, ਸਮਝੋ ਅਤੇ ਅਮਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।